ਸਾਵਧਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁਗੇ ਜੁਗੋ ਜੁਗਾਟਲ ਧਰਮ ਕਾ ਜੈਕਾਰ ਬਲੋਛੀ ਸਿੱਖਾਂ ਦਾ ਮਨ ਨਿਵਾ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਨੂੰ ਪੰਥ ਤੋਂ ਵਿਛੋੜਿਆ ਗਿਆ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਯੋਟਿਆ ਦੀ ਔਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਆਪ ਜੀ ਦੀਆਂ ਸਮੂਹ ਸੰਗਤਾਂ ਮਹਾਂਪਾਰਟੀ ਅਤੇ ਸਮੂਹ ਸੰਗਤਾਂ ਵੱਲੋਂ ਸਤਿਗੁਰੂ ਜੀ ਆਪ ਜੀ ਦੇ ਪਵਿੱਤਰ ਸਥਾਨ ਦੀ ਵਾਰੀ ਵਾਸਤੇ ਅਤੇ ਲੈਂਟਰ ਦੀ ਰਮਤਾ ਵਾਸਤੇ ਅਰਦਾਸ ਬੇਨਤੀ ਜੋਦੜੀ ਹੈ ਜੀ ਸਮੂਹ ਸੰਗਤਾਂ ਦੀਆਂ ਕੀਤੀਆਂ ਹੋਈਆਂ ਸੇਵਾ ਥਾਏ ਪਾਉਣੀਆਂ ਜੀ ਤਿਲ ਫੁੱਲ ਭੇਟਾ ਦਰ ਪ੍ਰਵਾਨ ਕਰਨੀਆਂ ਆਪਣੇ ਦਰਬਾਰ ਦੀ ਆਪਣੀ ਸੇਵਾ ਆਪ ਹੀ ਸੇਵਕਾਂ ਪਾਸੋਂ ਨਿਰਵਿਘਨਤਾ ਸਹਿ ਸਪੁਰ ਕਰਵਾਉਣੀ ਸਿਰ ਤੇ ਮਿਹਰ ਪਰਿਆਤ ਰੱਖਣਾ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਦੇ ਮਹਾਂਵਾਕ ਅਨੁਸਾਰ ਕਿਰਪਾ ਕਰਨੀ ਜੀ ਚੜ੍ਹਦੀਆਂ ਕਲਾ ਹਰ ਮੈਦਾਨ ਫਤਿਹ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਠੂਆ ਤੋਂ ਅਸੀਂ ਗਰੀਬ ਆਦਮੀ ਹਾਂ
ਅਸੀਂ ਮਤਲਬ ਇਹਨਾਂ ਦਾ ਬੜਾ ਸ਼ੁਕਰ ਗੁਜ਼ਾਰ ਹਾਂ ਜਿਹੜੀ ਟੀਮ ਆਈ ਹੈ ਕੁੱਠਵ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਤੇ ਆਪਣੇ ਪ੍ਰਧਾਨ ਸਾਹਿਬ ਭੋਲਾ ਜੀ ਇਹਨਾਂ ਦੀ ਟੀਮ ਆਈ ਹੈ ਸਾਡੀ ਗਰੀਬੇ ਦੀ ਫਰਿਆਦ ਸੁਣੀ ਆ ਅਸੀਂ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਇਹਦੇ ਕਿ ਸਾਡੀ ਬਾਰਿਸ਼ ਦੀ ਵਜ੍ਹਾ ਕਰਨਾ ਬਾਰਿਸ਼ ਕਿਤਾ ਹੁੰਦੀ ਸੀ ਤਾਂ ਪਹਿਲਾਂ ਪਾਣੀ ਅੰਦਰ ਆ ਜਾਂਦਾ ਹਾਂ ਤਾਂ ਬਹੁਤ ਬੁਰੀ ਮਾੜੀ ਕੰਡੀਸ਼ਨ ਸੀ ਤਾਂ ਅਸੀਂ ਬੜੇ ਦਾ ਧੰਨਵਾਦ ਕਰਦੇ ਹਾਂ ਕਿ ਜਿਹਨਾਂ ਨੇ ਵਿਚਾਰਿਆਂ ਸਾਡੇ ਪਰ ਪਰਉਪਕਾਰ ਕੀਤਾ ਜਿਹਨਾਂ ਇਹ ਮਤਲਬ ਮਕਾਨ ਬਣਾ ਕੇ ਦਿੱਤਾ ਇਹਨਾਂ ਦਾ ਅਸੀਂ ਗੁਰਦੁਆਰਿਆਂ ਦਾ ਪ੍ਰਬੰਧਕ ਕਮੇਟੀ ਦਾ ਅਸੀਂ ਬੜਾ ਸ਼ੁਕਰ ਗੁਜ਼ਾਰ ਹਾਂ ਅਤੇ ਆਪਣੇ ਪ੍ਰਧਾਨ ਜੀ ਜਿਹੜੇ ਆਏ ਨੇ ਇਹਨਾਂ ਦੀ ਟੀਮ ਆਈ ਹੈ ਅਸੀਂ ਬੜੇ ਸ਼ੁਕਰ ਗੁਜ਼ਾਰ ਹਾਂ ਕਿ ਜਿਹਨਾਂ ਵਿਚਾਰੇ ਸਾਡੀ ਮਦਦ ਕੀਤੀ ਹੈ ਫਤਿਹ ਅੱਜ ਅਸੀਂ ਮਹਾ ਪਿੰਡ ਦੇ ਵਿੱਚ ਸਾਰੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਾਡੇ ਜਿਹੜੇ ਸਾਥੀ ਸਾਡੇ ਮੈਂਬਰ ਜਿਹੜੇ ਹਨ ਉਹ ਸਾਰੇ ਇੱਥੇ ਤਕਰੀਬਨ ਇੱਕ ਸਾਲ ਪਹਿਲਾਂ ਅਸੀਂ ਇੱਥੇ ਆਏ ਸੀ ਕਿਉਂਕਿ ਗੁਰਦੁਆਰਾ ਇਲੈਕਸ਼ਨਾਂ ਸਨ ਅਤੇ ਅਸੀਂ ਇਹਨਾਂ ਨੂੰ ਰਿਕੁਐਸਟ ਕੀਤੀ ਕਿ ਸਾਡਾ ਤੁਸੀਂ ਮੈਂਬਰ ਜਿਤਾਓ ਅਗਰ ਅੱਛੇ ਲੋਕ ਸਾਹਮਣੇ ਲਿਆਓਗੇ ਤਾਂ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਅਤੇ ਇਹਨਾਂ ਨੇ ਪੂਰੀ ਸਾਡੀ ਇੱਜ਼ਤ ਮਾਣ ਰੱਖਿਆ ਲੇਕਿਨ ਜਿਸ ਵਕਤ ਅਸੀਂ ਇੱਥੇ ਆਏ ਇਸ ਪਿੰਡ ਦੇ ਵਿੱਚ ਦੇਖ ਕੇ ਅਸੀਂ ਹੈਰਾਨ ਹੋ ਗਏ ਕਿ ਇਹ ਜਿਹੜਾ ਪਰਿਵਾਰ ਹੈ ਇਹ ਮਤਲਬ ਕਿ 47 ਤੋਂ ਪਹਿਲਾਂ ਦੇ ਇਹ ਜਿਹੜੇ ਸਾਡੇ ਦਲਿਤ ਸਮਾਜ ਦੇ ਜਿਹੜੇ ਸਾਡਾ ਜਿਹੜਾ ਬਰਾਦਰੀ ਭਾਈਚਾਰਾ ਔਰ ਦਲਿਤ ਸਮਾਜ ਦੇ ਵਿੱਚ ਰਹਿੰਦੇ ਹੋਏ ਇਹਨਾਂ ਨੂੰ 100 ਸਾਲ ਤੋਂ ਪਹਿਲਾਂ ਦੇ ਇਹ ਇੱਥੇ ਵਸਨੀਕ ਹਨ ਔਰ ਦਲਿਤ ਸਮਾਜ ਦੇ ਵਿੱਚ ਰਹਿੰਦੇ ਹੋਏ ਵੀ ਇਹਨਾਂ ਨੇ ਸਿੱਖੀ ਵਿਰਾਸਤ ਔਰ ਸਿੱਖੀ ਸੱਭਿਆਚਾਰ ਨੂੰ ਇਹਨਾਂ ਲੋਕਾਂ ਨੇ ਬਚਾ ਕੇ ਰੱਖਿਆ ਇਸ ਗੁਰਬਤ ਦੇ ਵਿੱਚ ਨਹੀਂ ਤਾਂ ਅੱਜ ਦੇਖੋ ਐਸੇ ਐਸੇ ਧਰਮ ਹਨ ਕਿ ਲਾਲਚ ਦੇ ਵਿੱਚ ਜਿੱਧਰ ਮਰਜ਼ੀ ਤੁਸੀਂ ਕਨਵਰਟ ਕਰ ਲਓ ਲੇਕਿਨ ਇਹਨਾਂ ਨੇ ਸਿੱਖੀ ਸਰੂਪ ਇਹਨਾਂ ਲੋਕਾਂ ਨੇ ਸੰਭਾਲ ਕੇ ਰੱਖਿਆ ਰਿਹਾ ਅਤੇ ਜਿਸ ਵਕਤ ਅਸੀਂ ਆਏ ਤਾਂ ਅਸੀਂ ਦੇਖਿਆ ਇਹ ਸਾਹਮਣੇ ਜਿਹੜਾ ਘਰ ਹੈ ਤੁਸੀਂ ਦੇਖੋਗੇ ਇੱਥੇ ਤਰਪਾਲਾਂ ਪੈਂਦੀਆਂ ਸੀ ਉੱਪਰ ਅਤੇ ਫਟੇ ਦਾ ਸੀ ਬੁਰਾ ਹਾਲ ਸੀ ਅਤੇ ਉਹ ਸਾਹਮਣੇ ਤੁਸੀਂ ਦੇਖੋ ਵਿਚਾਰਿਆਂ ਦੀ ਕਿਚਨ ਆ ਜਿਹੜੀ ਟੀਨ ਦੀ ਬੰਦਾ ਖੜ੍ਹਾ ਨਹੀਂ ਹੋ ਸਕਦਾ ਸਾਨੂੰ ਤਰਸ ਵੀ ਆਇਆ ਕਿ ਸਾਡੇ ਸਮਾਜ ਦੇ ਸਾਡੀ ਸਿੱਖ ਬਰਾਦਰੀ ਦੇ ਵਿੱਚ ਐਸੇ ਐਸੇ ਲੋਕ ਵੀ ਹਨ ਕਿ ਜਿਨ੍ਹਾਂ ਨੂੰ ਰਹਿਣ ਵਾਸਤੇ ਛੱਤ ਨਹੀਂ ਹੈ ਘਰ ਤਾਂ ਇੱਥੇ ਕਾਫੀ ਮਾੜੇ ਨੇ ਮੈਂ ਦੇਖਿਆ ਕਿ ਸਾਰੇ ਵਿਚਾਰੇ ਟੀਨਾਂ ਪੈਂਦੀਆਂ ਕੱਚੀਆਂ ਦੀਵਾਰਾਂ ਲੇਕਿਨ ਸਾਡੇ ਕੋਲ ਇੰਨੇ ਸੋਰਿਸ਼ ਨਹੀਂ ਹੁੰਦੇ ਲੇਕਿਨ ਫਿਰ ਵੀ ਅਸੀਂ ਜਿਹੜਾ ਵਾਅਦਾ ਕੀਤਾ ਸੀ ਇਹਨਾਂ ਦੇ ਨਾਲ ਅਸੀਂ ਉਹ ਪੂਰਾ ਨਿਭਾਇਆ ਅੱਜ ਇਹਨਾਂ ਦਾ ਜਿਹੜਾ ਲੈਂਟਰ ਪੈ ਰਿਹਾ ਜਿੱਥੇ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਰੋਲ ਰਿਹਾ ਉੱਥੇ ਸਾਡੇ ਜਿਹੜੇ ਕਿ ਮੈਂਬਰ ਸਾਡੇ ਠੇਕੇਦਾਰ ਸਾਡੇ ਬਲਜੀਤ ਸਿੰਘ ਰੰਧਾਵਾ ਔਰ ਨਰੇਸ਼ ਸ਼ਰਮਾ ਔਰ ਉਹਨਾਂ ਨੇ ਸੀਮਟ ਦੀ ਸੇਵਾ ਕੀਤੀ ਸਾਡੇ ਪ੍ਰਵੀਨ ਸਿੰਘ ਜਿਹੜੇ ਜਨਰਲ ਸੈਕਟਰੀ ਜਿਹੜੇ ਇੱਥੋਂ ਜਿੱਤਣ ਇਹਨਾਂ ਨੇ ਇੱਟਾਂ ਦੀ ਸੇਵਾ ਕੀਤੀ ਸਰਦਾਰ ਲਖਵਿੰਦਰ ਸਿੰਘ ਔਰ ਸਰਦਾਰ ਦਵਿੰਦਰ ਸਿੰਘ ਰਿਸ਼ੀ ਔਰ ਇਹ ਵੀ ਇੱਥੇ ਆਏ ਦਿਨ ਸਾਡੇ ਨਾਲ ਇਹਨਾਂ ਨੇ ਬਿਜਲੀ ਦੀ ਸੇਵਾ ਦੀ ਡਿਊਟੀ ਲਈ ਹੈ ਫਿਰ ਮਲਕੀਤ ਸਿੰਘ ਔਰ ਸਾਡੇ ਨਾਲ ਸ਼ਾਸਤਰੀ ਨਗਰ ਤੋਂ ਆਏ ਦਿਨ ਅਤੇ ਰਮਨਦੀਪ ਸਿੰਘ ਐਪੀ ਸਤਿੰਦਰ ਸਿੰਘ ਜੀ ਬਿੱਟੂ ਸਰਵਿਸ ਸਟੇਸ਼ਨ ਵਾਲੇ ਔਰ ਪਰਮਵੀਰ ਸਿੰਘ ਜੀ ਚਿੱਟੂ ਔਰ ਦਾਰਾ ਸਿੰਘ ਔਰ ਲਖਨਪੁਰ ਤੋਂ ਔਰ ਸਾਡੇ ਹੋਰ ਜੀ ਜਿਹੜੇ ਸਾਥੀ ਹਨ ਜਿਨ੍ਹਾਂ ਦਾ ਮੈਂ ਨਾਂ ਨਹੀਂ ਲੈ ਸਕਿਆ ਕਿਉਂਕਿ ਉਸ ਸਮੇਂ ਜਿਸ ਵਕਤ ਅਸੀਂ ਇੱਥੇ ਆਏ ਸੀ ਸਾਡੇ ਨਾਲ ਸਰਦਾਰ ਮਨਿੰਦਰ ਸਿੰਘ ਗੱਟੂ ਜਿਨ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਦੇਹਾਂਤ ਹੋ ਗਿਆ ਲੇਕਿਨ ਉਹਦਾ ਇੱਕ ਬੜਾ ਵੱਡਾ ਇੱਕ ਸੁਪਨਾ ਸੀ ਜਿਸ ਨੇ ਸਾਨੂੰ ਇਹ ਭੁੱਲਣ ਨਹੀਂ ਦਿੱਤਾ ਉਹਨੇ ਕਿਹਾ ਪ੍ਰਧਾਨ ਜਿਹੜਾ ਕਿ ਜਿਹੜਾ ਬਣਾਉਣਾ ਹੀ ਬਣਾਉਣਾ ਅਸੀਂ ਔਰ ਉਸ ਬੰਦੇ ਦੀ ਬਦੌਲਤ ਅੱਜ ਉਹਦੀ ਯਾਦ ਨੂੰ ਅਸੀਂ ਜਿੱਥੇ ਅਸੀਂ ਯਾਦ ਕਰ ਰਹੇ ਹਾਂ ਅਤੇ ਉਸ ਬੰਦੇ ਦੇ ਜਿਹੜੇ ਸਾਥੀ ਉਹਦੇ ਜਿਹੜੇ ਦੋਸਤ ਉਹਨਾਂ ਨੇ ਵੀ ਉਸਦੀ ਯਾਦ ਵਿੱਚ ਜਿਹੜੀ ਕਿ ਬੜੀ ਸੇਵਾ ਕੀਤੀ ਉਹ ਵੀ ਇੱਕ ਬੜਾ ਇੱਕ ਸੋਸ਼ਲ ਇਨਸਾਨ ਸੀ ਲੇਕਿਨ ਪਿਛਲੇ ਦਿਨਾਂ 'ਚ ਵਿਚਾਰਾ ਕਿਸੇ ਕਾਰਨ ਜਿਹੜਾ ਕਿ ਭਾਰੀ ਜਵਾਨੀ ਦੇ ਵਿੱਚ ਇੱਥੋਂ ਦੁਨੀਆ ਤੋਂ ਚਲਾ ਗਿਆ ਅੱਜ ਅਸੀਂ ਉਸਦੀ ਜਿਹੜੀ ਉਸਨੂੰ ਇੱਕ ਸ਼ਰਧਾਂਜਲੀ ਵੀ ਦਿੰਦੇ ਹਾਂ ਜਿਹੜੇ ਕਿ ਅੱਜ ਮਕਾਨ ਦਾ ਜਿਹੜਾ ਲੈਂਟਰ ਪੈ ਰਿਹਾ ਔਰ ਅਸੀਂ ਆਸ ਕਰਦੇ ਹਾਂ ਕਿ ਅਸੀਂ ਜਿੱਥੇ ਅਸੀਂ ਬੜੇ ਬੜੇ ਲੰਗਰ ਲਾ ਕੇ ਲੋਕ ਰੱਜੇ ਦੇ ਘਰੋਂ ਹੁੰਦੇ ਆ ਅਤੇ ਅਸੀਂ ਲੰਗਰ ਲਗਾ ਕੇ ਲੋਕਾਂ ਨੂੰ ਅਸੀਂ ਬੇਫਜ਼ੂਲ ਖਿਲਾਈ ਜਾਂਦੇ ਹਾਂ ਅਤੇ ਸਾਨੂੰ ਚਾਹੀਦਾ ਕਿ ਅਸੀਂ ਆਪਣੇ ਇਲਾਕਿਆਂ ਦੇ ਵਿੱਚ ਜਿੱਥੇ ਜਿੱਥੇ ਵੀ ਅਸੀਂ ਹੈ ਦੇਖੀਏ ਜਿਹੜਾ ਕਿ ਸਾਡੇ ਨਾਲ ਕੋਈ ਗਰੀਬ ਘਰ ਆ ਜਿਸ ਨੂੰ ਸਿਰ ਦੇ ਉੱਪਰ ਛੱਤ ਨਹੀਂ ਹੈ ਅਗਰ ਅਸੀਂ ਉਹਦਾ ਲੈਂਟਰ ਪਾ ਦਈਏ ਜਾਂ ਉਹਦਾ ਸਿਰ ਛੱਤ ਜਿਹੜਾ ਉਹਦਾ ਜਿਹੜਾ ਢੱਕ ਦਈਏ ਤਾਂ ਮੈਨੂੰ ਲੱਗਦਾ ਕਿ ਇਸ ਕੋਲੋਂ ਵਧੀਆ ਲੰਗਰ ਕੋਈ ਨਹੀਂ ਹੋ ਸਕਦਾ ਸੋ ਵਾਹਿਗੁਰੂ ਜੀ ਫਤਿਹ ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਈ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਰਸਾਹਿਬਾਂ ਦੇ ਮੂਲ ਸਿਧਾਂਤਾਂ ਨੂੰ ਪਿਆਰ ਕਰਨ ਵਾਲੇ ਕਠੂਆ ਦੇ ਕੋਈ ਹੋਰ ਸੱਜਣ ਵੀਰ ਜਿਨ੍ਹਾਂ ਨੇ ਇੱਕ ਜ਼ਿੰਮੇਵਾਰੀ ਆਪਣੇ ਸਿਰ 'ਤੇ ਲਈ ਸੀ ਕਿ ਇੱਕ ਗਰੀਬ ਦਾ ਘਰ ਦੇਖ ਕੇ ਜਿਹੜਾ ਉਹ ਤਰਪਾਲ ਦੇ ਅੰਦਰ ਇੱਕ ਛਣ ਦੇ ਅੰਦਰ ਰਹਿ ਰਿਹਾ ਸੀ ਇਹ ਜਿਤਨੇ ਵੀ ਗੁਰੂ ਪਿਆਰੇ ਗੁਰੂ ਦੇ ਸਿੱਖ ਸਨ ਉਹ ਇੱਥੇ ਆਏ ਉਹ ਦੇਖ ਕੇ ਉਹਨਾਂ ਮਨ ਦੇ ਅੰਦਰ ਇੱਕ ਧਾਰਨਾ ਬਣਾਈ ਕਿ ਅਸੀਂ ਇਹ ਜ਼ਿੰਮੇਵਾਰੀ ਚੁੱਕਦੇ ਹਾਂ ਕਿ ਇਸ ਕੱਚੇ ਘਰ ਨੂੰ ਅਸੀਂ ਪੱਕੇ ਘਰ ਵਿੱਚ ਬਦਲਾਂਗੇ ਮੈਂ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਡਿਸਟ੍ਰਿਕਟ ਗੁਰਦੁਆਰਾ ਕਮੇਟੀ ਦਾ ਸਾਥ ਦਿੱਤਾ
ते आप भी सेवा कीती इत्थे पहुंचे क्योंकि साडा एक मुढ़ला फर्ज बनता है जिथे गुरु घर के अंदर असी लोगों के लिए होर धार्मिक समागम करते हाँ कीर्तन का प्रोग्राम करते हाँ लंगर दे सेवा करते हाँ उत्थे सब तो एक मुढ़ला जड़ा इंसानी तौर पर साडा एक फर्ज बनता है कि अगर कोई गरीब है बेघर है सिर ते छत नहीं है ये साडा एक मुढ़ला फर्ज बनता कि असी उसकी मदद करिए। सो सारे वीर ने बड़ा ही सोहना यतन किया है क्योंकि इतने बनता सी डिजर्व करती सी फैमिली क्योंकि माड़ी हालत अज दा समय दे अंदर मैं जरूर जिन्हें भी नुमाइंदे साढ़े बनते हैं जिहड़े सोशल हैं जां पोलीटिकल लैवल ते उन्होंने भी बेनती करांगा कि जिथे असी वड्डे वड्डियां दे पिछे दौड़दे हां जां वड्डी जिथों सानूं उम्मीद हुंदी है कि साडी कोई मदद करेगा असी उन्हां दी सेवा करदे हां पर मेरे गुरु नानक दे ये मुढ़ले सिद्धांत ने कि सब तो पहला असी किरत करनी है ते नाम जपना ते वंड के छकना है वह उन्हां सिद्धांतां ते पहरा देंदे होए जिन्हां जिन्हां वीरां ने क्योंकि वीरां दे नाम प्रधान साहिब जी ने आप जी ने पहले दसे ने इन्हां दी बहुत वड्डी कुर्बानी है उस तो